ਰੂਪਨਗਰ ਦੀ ਜ਼ਿਲ੍ਹਾ ਅਦਾਲਤ ਦੀ ਕੰਪਲੈਕਸ 'ਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਨਵੀਂ ਵਿਆਹੀ ਜੋੜੀ ਨੂੰ ਉਸਦੇ ਮਾਪਿਆਂ ਦਾ ਸਾਹਮਣਾ ਕਰਨਾ ਪੈ ਗਿਆ। ਤੁਹਾਨੂੰ ਦੱਸ ਦਈਏ ਕਿ ਇੱਕ ਨਵੀਂ ਵਿਆਹੀ ਜੋੜੀ ਕੋਰਟ ਮੈਰਿਜ ਕਰਵਾਉਣ ਲਈ ਇੱਥੇ ਪਹੁੰਚੀ ਸੀ, ਜਿਸ ਤੋਂ ਬਾਅਦ ਕੁੜੀ ਵਾਲਿਆਂ ਦੇ ਪਰਿਵਾਰ ਨੇ ਆ ਕੇ ਉੱਥੇ ਹੰਗਾਮਾ ਖੜਾ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕੁੜੀ ਦੇ ਪਿਤਾ ਨੇ ਇਲਜ਼ਾਮ ਲਗਾਇਆ ਕਿ ਕੁੜੀ ਦਿਮਾਗੀ ਅਪਸੈਟ ਹੈ ਅਤੇ ਉਹ ਮੁੰਡਾ ਉਸ ਨਾਲ ਧੱਕੇ ਨਾਲ ਵਿਆਹ ਕਰਵਾ ਰਿਹਾ ਹੈ। ਕੁੜੀ ਦੇ ਪਿਤਾ ਵੱਲੋਂ ਜ਼ਬਰਦਸਤੀ ਕਰਨ 'ਤੇ ਵੀ ਕੁੜੀ ਅਤੇ ਮੁੰਡਾ ਭੱਜ ਕੇ ਅਦਾਲਤ ਅੰਦਰ ਦਾਖਲ ਹੋ ਗਏ। ਇਸ ਤਰ੍ਹਾਂ ਅਦਾਲਤੀ ਕੰਪਲੈਕਸ ਵਿੱਚ ਹੰਗਾਮਾ ਖੜਾ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁੜੀ ਦੇ ਮਾਪਿਆਂ ਨੂੰ ਸਮਝਾ ਬੁਝਾ ਕੇ ਥਾਣੇ ਲਿਜਾਇਆ ਗਿਆ ਅਤੇ ਕੋਰਟ ਦੇ ਹੁਕਮਾਂ ਤੋਂ ਬਾਅਦ ਨਵ ਵਿਆਹੀ ਜੋੜੀ ਨੂੰ ਸੁਰੱਖਿਆ ਵੀ ਦਿੱਤੀ ਗਈ। ਆਓ ਪਹਿਲਾਂ ਵੇਖਦੇ ਹਾਂ ਇਸ ਹੰਗਾਮੇ ਦੀ ਪੂਰੀ ਵੀਡੀਓ। ਮਨਜੀਤ ਨੂੰ ਬੁਲਾ ਫੜ ਦੇ ਜੱਜ ਮੂਹਰੇ ਤੇ ਸਾਡੀ ਕੁੜੀ ਦੀ ਮੇਰੇ ਗਰੀਬ ਆਦਮੀ ਦੀ ਜ਼ੋਰ ਹੋਵੇ ਸਰ, ਸਾਡੀ ਕੁੜੀ ਨੇ ਧੱਕੇ ਨਾਲ ਵਕੀਲ ਨੇ ਵਿਆਹ ਕਰਾ ਤੇ ਉਲਟਾ ਪੁਲਿਸ ਤੋਂ ਸਾਨੂੰ ਚੁਕਵਾ ਤਿਆ ਜੀ।
ਸਾਡੀ ਨਾਬਾਲਗ ਕੁੜੀ ਹੈ ਜੀ ਉਲਟਾ ਸਾਨੂੰ ਐਸਐਸਪੀ ਸਾਹਿਬ ਚੱਕ ਲੈ ਗਏ ਨਹੀਂ ਨਾਬਾਲਗ ਕੁੜੀ ਤੁਸੀਂ ਪ੍ਰੂਫ ਪੇਸ਼ ਕੀਤਾ ਕੋਰਟ ਪ੍ਰੂਫ ਕੋਈ ਨਹੀਂ ਸਰ ਵਿੱਚ ਅਸੀਂ ਤਾਂ ਲੱਭਦੇ ਫਿਰਦੇ ਤੇ ਸਰ ਲੱਭਦੇ ਫਿਰਦੇ ਤੇ ਅਸੀਂ ਸਾਨੂੰ ਕੋਰਟ 'ਚ ਮਿਲੀ ਆ ਕੇ ਕੋਰਟ 'ਚ ਮਿਲੀ ਜਦੋਂ ਅਸੀਂ ਕਿਹਾ ਤਾਂ ਉਲਟਾ ਵਕੀਲ ਸਾਹਿਬ ਨੇ ਸਾਡੇ ਨਾਲ ਜ਼ਬਰਦਸਤੀ ਕਰੀ ਹੈ ਪ੍ਰੈਸ਼ਰ ਪਾ ਕੇ ਕੁੜੀ ਨੂੰ ਲਿਆਏ ਮੂੰਹ ਬੰਨ ਕੇ ਲਿਆਏ ਆ ਜੀ ਕੁੜੀ ਹਾਂਜੀ ਕਿੱਥੋਂ ਲੈ ਕੇ ਕਿਹੜੇ ਪਿੰਡ ਬੱਲਮਗੜ ਮਦਵਾੜਾ ਜੀ ਮੇਰਾ ਜੈਪਾਲ ਸਿੰਘ ਨਾਮ ਹੈ ਮੇਰਾ ਹਾਂਜੀ बराबर करने देखो हम तुम दरवाजे पर दरवाजा जो बाहर आंदा सी जदी कर झगड़ा कर रहे जिसके मौके से गए मौके से पड़ताल तो पता लग्या कि सिमरनजीत कौर लड़की है जी ये बल्लमगढ़ मंदवाड़ा पिंड है ਤੇ ਇਹਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਘਰ ਵਾਲਿਆਂ ਦੀ ਮਰਜ਼ੀ ਤੋਂ ਖਿਲਾਫ ਪਵਿੱਤਰ ਸਿੰਘ ਇਹਨਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਵਿਆਹ ਕਰਾਇਆ ਸੀਗਾ ਜਿਸ ਸੰਬੰਧੀ ਇਹਨਾਂ ਨੇ ਪ੍ਰੋਟੈਕਸ਼ਨ ਪਟੀਸ਼ਨ ਫਾਈਲ ਕੀਤੀ ਸੀਗੀ ਮਾਨਯੋਗ ਸੈਸ਼ਨ ਕੋਰਟ ਰੋਪੜ ਵਿੱਚ ਉਹਦੇ ਸੰਬੰਧ ਵਿੱਚ ਅੱਜ ਇਹ ਆਪਣਾ ਬਿਆਨ ਕਲਮਬੰਦ ਕਰਾਉਣ ਆਏ ਸੀਗੇ ਕਿਸੇ ਤਰੀਕੇ ਨਾਲ ਇਹਦੇ ਪਿਤਾ ਜੈਪਾਲ ਸਿੰਘ ਇਹਦੀ ਮਾਤਾ ਮਨਜੀਤ ਕੌਰ ਤੇ ਇਹਦੇ ਭਰਾ ਬਲਵਿੰਦਰ ਸਿੰਘ ਨੂੰ ਪਤਾ ਲੱਗ ਗਿਆ ਕਿ ਵੀ ਇਹ ਅੱਜ ਕੋਰਟ ਦੇ ਵਿੱਚ ਹਾਜ਼ਰ ਨੇ ਤੇ ਇਹ ਤਿੰਨੇ ਜਣੇ ਉੱਥੇ ਕੋਰਟ ਦੇ ਵਿੱਚ ਆ ਗਏ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਗਈ ਤੇ ਇਹਨਾਂ ਨੇ ਉਹਨਾਂ ਲੜਕੀ ਨੂੰ ਤੇ ਲੜਕੀ ਦੇ ਨਾਲ ਜਿਹਦਾ ਵਿਆਹ ਕਰਾਇਆ ਸੀਗਾ ਪਵਿੱਤਰ ਸਿੰਘ ਉਹਨਾਂ ਨਾਲ ਹੱਥਪਾਈ ਕੀਤੀ ਹੈ ਹਾਲੇ ਸਾਡੇ ਕੋਲ ਫਿਲਹਾਲ ਕੰਪਲੇਂਟ ਕੋਈ ਨਹੀਂ ਆਈ ਹੈ ਕੰਪਲੇਂਟਾਂ ਲੈ ਰਹੀਆਂ ਦੋਨਾਂ ਪਾਸਿਆਂ ਤੋਂ ਤੇ ਜਿਹੜੇ ਸੂਰਤ ਹੋਏਗੀ ਅਸੀਂ ਕਾਰਵਾਈ ਕਰਾਂਗੇ ਮੇਰਾ ਨਾਮ ਮਨੋਜ ਸੈਣੀ ਐਡਵੋਕੇਟ ਮੈਂ ਪਿਛਲੇ 13-14 ਸਾਲਾਂ ਤੋਂ ਵਕਾਲਤ ਵਿੱਚ ਹਾਂ ਇਹ ਪਾਰਟੀ ਮੇਰੇ ਕੋਲ ਕੱਲ੍ਹ ਫੋਨ ਆਇਆ ਇਹਨਾਂ ਦਾ ਕਿ ਅਸੀਂ ਮੈਰਿਜ ਕਰਵਾਉਣੀ ਪ੍ਰੋਟੈਕਸ਼ਨ ਲੈਣੀ ਅਤੇ ਮੈਂ ਕਿਹਾ ਠੀਕ ਹੈ ਮੈਂ ਸਵੇਰੇ 10 ਵਜੇ ਔਫਿਸ ਆਉਂਦਾ ਵੀ ਤੁਸੀਂ ਮੇਰੇ ਕੋਲ ਔਫਿਸ 'ਚ ਆ ਜਿਓ ਕੱਲ੍ਹ ਸੋਏ ਅੱਜ ਸਵੇਰੇ 9:30 ਵਜੇ ਮੇਰੇ ਕੋਲ ਆਏ ਹਾਂ ਆਪਣੇ ਅਤੇ ਲੀਗਲ ਡਾਕੂਮੈਂਟ ਆਪਣੇ ਸਾਰੇ ਨਾਲ ਲੈ ਕੇ ਆਏ ਹੈ ਅਤੇ ਉਹ ਮੈਂ ਲਗਾ ਕੇ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਫਾਈਲ ਕਰਤੀ ਹੈ ਸੈਸ਼ਨ ਕੋਰਟ 'ਚ ਇਨ ਬਿਟਵੀਨ ਲੜਕੀ ਦੇ ਪੇਰੈਂਟਸ ਆ ਕੇ ਲੜਕੀ ਨਾਲ ਜ਼ਬਰਦਸਤੀ ਕਰ ਰਹੇ ਸੀਗੇ ਅਤੇ ਲੜਕੀ ਫਿਰ ਲੜਕੇ ਦੇ ਨਾਲ ਕੋਰਟ 'ਚ ਚਲੀ ਗਈ ਹੈ ਉੱਥੇ ਇਹਨਾਂ ਦੀ ਸਟੇਟਮੈਂਟਸ ਹੋ ਗਈਆਂ ਪ੍ਰੋਟੈਕਸ਼ਨ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤੀ ਗਈ ਹੈ ਐਸਐਸਪੀ ਵਗੈਰਾ ਨੂੰ ਡਾਇਰੈਕਸ਼ਨ ਕਰਤੀ ਹੈ ਕੋਰਟ ਨੇ ਅਤੇ ਫਿਰ ਇਹਦੇ ਲੜਕੇ ਦੇ ਜਿਹੜੇ ਰੈਲੇਟਿਵ ਸੀਗੇ ਮਾਮਾ ਵਗੈਰਾ ਆਏ ਹੋਏ ਸੀਗੇ ਉਹ ਲੜਕਾ ਔਰ ਲੜਕੀ ਨੂੰ ਦੋਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਪ੍ਰੋਟੈਕਸ਼ਨ ਇਹ ਫਿਊਚਰ ਵਿੱਚ ਇਹਨਾਂ ਦੇ ਉੱਪਰ ਰਹੇਗੀ ਜੇ ਕੋਈ ਵੀ ਲੜਕੀ ਨੂੰ ਜਾਂ ਲੜਕੇ ਨੂੰ ਤੰਗ ਪਰੇਸ਼ਾਨ ਕਰੇਗਾ ਤਾਂ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ ਇਹ ਪ੍ਰੋਟੈਕਸ਼ਨ ਔਰਡਰ ਹੈ ਜੋ ਵੀ ਹੈ ਜੱਜ ਸਾਹਿਬ ਨੇ ਅੱਜ ਦਿੱਤਾ ਜੀ